ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਸੀ। ਜਿਹੜੇ ਕਾਂਗਰਸ ਦਾ ਰਾਜ ਸੀ ਉਹ ਕਹਿੰਦੇ ਤੁਸੀਂ ਬੇਲ ਲੈ ਲਓ, ਬੇਲ ਦਾ ਮਤਲਬ ਹੈ ਝੁਕਾ ਕੇ ਤੁਸੀਂ ਜੇ ਮਾਫੀ ਮੰਗ ਕੇ ਲੈ ਜਾਓ। ਉਹ ਕਹਿੰਦੇ ਮੈਂ ਮਾਫੀ ਨਹੀਂ ਮੰਗਣੀ ਹੈ, ਬੇਲ ਨਹੀਂ ਲੈਣੀ, ਮੇਰਾ ਭਾਵੇਂ ਮੇਰੀ ਬੇਟੀ ਦਾ ਵਿਆਹ, ਸੰਗਤ ਬੇਟੀ ਦਾ ਵਿਆਹ ਕਰੂਗੀ, ਮੈਂ ਨਹੀਂ ਜਾਂਦਾ ਬਾਹਰ। ਅਸੂਲੀ ਸੀ। ਅੱਜ ਕੱਲ੍ਹ ਬਹੁਤ ਘੱਟ ਲੋਕ ਇੰਨੇ ਅਸੂਲੀ ਰਹਿ ਗਏ। ਦੇਖੋ 70 ਸਾਲ ਉਹਨਾਂ ਨੇ ਇਕੱਲਾ ਪਿਆਰ ਹੀ ਵੰਡਿਆ। ਮੈਂ ਕੋਸ਼ਿਸ਼ ਕਰੂੰਗਾ, ਦੇਖੋ ਉਹਨਾਂ ਵਰਗਾ ਬਣਨਾ ਬਹੁਤ ਔਖਾ ਹੈ। ਮਤਲਬ ਉਹਨਾਂ ਨੂੰ ਤਾਂ ਪਰਮਾਤਮਾ ਤੋਂ ਕੋਈ ਇੰਨੀ ਬਖਸ਼ਿਸ਼ ਮਿਲੀ, ਪਰ ਕੋਸ਼ਿਸ਼ ਕਰਾਂਗੇ ਉਹਨਾਂ ਦੇ ਦੱਸੇ ਹੋਏ ਰਸਤੇ ਨੂੰ, ਕਿਉਂਕਿ ਉਹਨਾਂ ਵਿੱਚ ਬੜੀ ਕਲੈਰਿਟੀ ਸੀ ਕਿ ਪੰਜਾਬ ਤਾਂ ਤਰੱਕੀ ਕਰੂਗਾ ਜੇ ਇੱਥੇ ਅਮਨ ਸ਼ਾਂਤੀ ਰਹੂਗੀ, ਇੱਥੇ ਭਾਈਚਾਰਕ ਸਾਂਝ ਰਹੂਗੀ। ਜੇ ਆਪਾਂ ਇੱਕ ਦੂਜੇ ਨਾਲ ਲੜਦੇ ਰਹੇ ਆ ਸੂਬਾ ਬਿਖਰ ਜੂਗਾ। ਇਸ ਕਰਕੇ ਉਹਨਾਂ ਨੇ ਇਕੱਠੇ ਰੱਖਣ ਦੀ ਕੋਸ਼ਿਸ਼ ਕੀਤੀ। ਕਈ ਪਾਰਟੀਆਂ ਜਿਹੜੀਆਂ ਵੰਡ ਕੇ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਇੱਕ ਧਰਮ ਦੀ ਵੋਟਾਂ ਲੈਣਾ ਚਾਹੁੰਦੇ ਆ, ਉਹ ਪਾਰਟੀਆਂ ਸਹੀ ਮਣੇ ਤੇ ਦੇਸ਼ ਦੇ ਹਿੱਤ 'ਚ ਨਹੀਂ, ਉਹ ਪਛੂਬੇ ਦੇ ਹਿੱਤ 'ਚ ਦੀ ਪਾਰਟੀਆਂ ਨਹੀਂ। ਆ ਦੇਸ਼ ਸਾਰਿਆਂ ਦਾ, ਸਾਰੇ ਧਰਮਾਂ ਦੇ ਲੋਕਾਂ ਦਾ, ਗਰੀਬ ਦਾ, ਅਮੀਰ ਦਾ, ਸਾਰਿਆਂ ਦਾ। ਕੋਈ ਨਾ ਸਮਝੇ ਕਿ ਇਕੱਲਾ ਸਾਡਾ। ਆ ਜਿਹੜੀ ਕੌਨਸਟੀਟਿਊਸ਼ਨ ਬਣਾਈ ਗਈ, ਡਾਕਟਰ ਅੰਬੇਡਕਰ ਜੀ ਨੇ ਬਣਾਈ ਕੌਨਸਟੀਟਿਊਸ਼ਨ, ਉਹਦਾ ਮਤਲਬ ਕੀ ਹੈ ਕਿ ਸਾਰੇ ਇੱਕ ਹੈ। ਪਰ ਆ ਕਈ ਪਾਰਟੀਆਂ ਉਹ ਕੌਨਸਟੀਟਿਊਸ਼ਨ ਦੇ ਖਿਲਾਫ ਜਾਂਦੀਆਂ। ਇੱਕ ਗੱਲ ਤੁਸੀਂ ਦੇਖੋ, ਉਦੋਂ ਡਾਕਟਰ ਅੰਬੇਡਕਰ ਜੀ ਨੇ ਕੀ ਕਿਹਾ ਸੀ, ਉਦੋਂ ਕਿਹਾ ਸੀ ਕਾਂਗਰਸ ਪਾਰਟੀ ਤੋਂ ਬਚ ਕੇ ਰਹੋ। ਡਾਕਟਰ ਅੰਬੇਡਕਰ ਜੀ ਨੇ ਕਿਹਾ ਸੀ ਕਾਂਗਰਸ ਪਾਰਟੀ ਤੋਂ, ਉਹਨੂੰ ਪਤਾ ਸੀ ਕਿ ਇਹ ਪਾਰਟੀ ਦੀ ਨੀਤੀਆਂ ਠੀਕ ਨਹੀਂ ਹੈ। ਇਸ ਕਰਕੇ ਅੱਜ ਮੈਂ ਸਮੁੱਚੇ ਵਰਕਰ ਜਿਹੜੇ ਆਏ ਆ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ, ਉਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰਨ ਲੱਗਿਆ, ਸੱਚੀ ਸ਼ਰਧਾਂਜਲੀ ਬਾਦਲ ਸਾਹਿਬ ਦੀ ਵਾਸਤੇ ਹੈ ਕਿ ਇਕੱਠੇ ਹੋ ਕੇ, ਜਿਵੇਂ ਬਾਦਲ ਸਾਹਿਬ ਕੋਈ ਵੀ ਪਾਰਟੀ ਦਾ ਹੁਕਮ ਹੁੰਦਾ ਸਾਰਾ ਕੁਝ ਛੱਡ ਕੇ ਸਾਰਾ ਅੱਗੇ ਚੱਲ ਪੈਂਦੇ ਪਾਰਟੀ ਵਾਸਤੇ, ਉਵੇਂ ਹੀ ਆਪਾਂ ਲੱਗ ਕੇ ਅੱਜ ਜੰਗ ਜਿੱਤੀਏ। ਮੈਨੂੰ ਬੜਾ ਮਾਣ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਵਰਕਰ ਬੜੇ ਦਲੇਰੀ ਨਾਲ ਲੱਗੇ ਹੈ। ਮੈਂ ਦੇਖਿਆ ਸਾਰੀ ਟੀਮ ਬੜੀ ਦਲੇਰੀ ਨਾਲ ਲੱਗੀ ਹੈ। ਅੱਜ ਮੈਂ ਆਹ ਵੀ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਡਾਕਟਰ ਸੁੱਖੀ ਜੀ ਜਿਹੜੇ ਇੱਕ ਨੇਕ ਇਨਸਾਨ ਹੈ, ਤੁਸੀਂ ਸਾਰੇ ਉਮੀਦਵਾਰ ਦੇਖ ਲਓ, ਸਾਰੇ ਉਮੀਦਵਾਰ ਜੇ ਨੰਬਰ ਦੇਣੇ ਹੋਣ 100 ਵਿੱਚੋਂ ਕਿਸੇ ਨੂੰ 5 ਆਉਣਗੇ, ਕਿਸੇ ਨੂੰ 10 ਆਉਣਗੇ, ਕਿਸੇ ਨੂੰ ਤਾਂ ਨੰਬਰ ਵੀ ਨਹੀਂ ਆਉਣੇ ਜਿਨ੍ਹਾਂ ਨੇ ਕਿੰਨੇ ਵਾਰ ਦਲ ਬਦਲਿਆ। ਇਹਨਾਂ ਨੂੰ 100 ਤੋਂ 100 ਅੱਜ ਲੋੜ ਹੈ, ਅੱਜ ਲੋੜ ਹੈ ਚੰਗੇ ਇਨਸਾਨਾਂ ਨੂੰ ਆਪਾਂ ਆਪਣੇ ਨੁਮਾਇੰਦੇ ਬਣਾ ਕੇ ਭੇਜੀਏ, ਜਿਹੜੇ ਦਲ ਬਦਲਦੇ ਹੈ, ਜਿਹੜੇ ਕਿਸੇ ਦੇ ਵਫ਼ਾਦਾਰ ਨਹੀਂ। ਜੇ ਆਪਣੀ ਪਾਰਟੀ ਦੇ ਵਫ਼ਾਦਾਰ ਨਹੀਂ ਉਹ ਜਨਤਾ ਦੇ ਕਿਵੇਂ ਵਫ਼ਾਦਾਰ ਹੋਣਗੇ। ਇਸ ਕਰਕੇ ਮੈਂ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦੋਨਾਂ ਨੂੰ ਵਰਕਰ ਬੇਨਤੀ ਕਰਦਾ, ਦਿਨ ਰਾਤ ਮਿਹਨਤ ਕਰੀਏ ਅਤੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ
ਸੁੱਖੀ ਜੀ ਨੂੰ ਤੁਸੀਂ ਮੈਂਬਰ ਪਾਰਲੀਮੈਂਟ ਬਣਾ ਦਿਓ, ਜਿਹੜੀ ਸੀਟ ਖਾਲੀ ਹੋਊਗੀ ਬੰਗਾ ਦੀ ਸੀਟ, ਕਿਉਂਕਿ ਜੇ ਐਮਪੀ ਬਣ ਗਏ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਮਗਰ ਲੱਗ ਕੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣਗੇ ਉੱਥੇ। ਅਸੀਂ ਕਿਤੇ ਫਰਕ ਨਹੀਂ ਰੱਖਿਆ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਦੇ ਵਰਕਰਾਂ 'ਚ। ਆ ਰਿਸ਼ਤਾ ਅਸੀਂ ਜਦੋਂ ਜੋੜ ਲੈਂਦੇ ਹਾਂ ਫਿਰ ਪੱਕਾ ਹੀ ਜੁੜ ਜਾਂਦਾ। ਅਕਾਲੀ ਦਲ ਕੋਈ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਜਿਹੜੇ ਰੋਜ਼ ਬਦਲਦੇ ਰਹਿੰਦੇ ਹੈ, ਅਸੂਲੀ ਪਾਰਟੀ ਹੈ। ਇਸ ਕਰਕੇ ਮੈਂ ਫਿਰ ਤੋਂ ਆਹੀ ਬੇਨਤੀ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ BSP ਵਰਕਰ 3 ਦਿਨ ਰਹਿ ਗਏ, 3 ਦਿਨ ਮਿਹਨਤ ਕਰ ਦਿਓ। ਅਤੇ ਮੈਂ ਤੁਹਾਨੂੰ ਅੱਜ ਦੱਸਦਾ ਜਿਹੜੀ ਮੈਂ ਮਾਹੌਲ ਦੇਖਿਆ, ਜਿਹੜੇ ਪਿੰਡਾਂ ਦੀਆਂ 6 ਸੀਟਾਂ 6 ਤੇ 6 ਸੀਟਾਂ 'ਤੇ ਤੁਸੀਂ 1 ਨੰਬਰ 'ਤੇ ਰਹੋਗੇ, ਮੈਂ ਤੁਹਾਨੂੰ ਅੱਜ ਦੱਸਦਾ। ਅਤੇ ਸ਼ਹਿਰ 'ਚ ਵੀ ਮੈਂ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ BSP ਦੇ ਵਰਕਰਾਂ ਬਹੁਤ ਮਿਹਨਤ ਕਰ ਰਹੇ ਸ਼ਹਿਰ 'ਚ, ਉੱਥੇ ਵੀ ਆਪਾਂ ਕੰਮ ਬਹੁਤ ਚੱਕ ਲਿਆ। ਅਤੇ ਜੈ ਜੀ ਮਾਹੌਲ ਬਣਿਆ, ਰੱਬ ਮਿਹਰ ਕਰੂਗਾ, ਪਰਮਾਤਮਾ ਮਿਹਰ ਕਰਨਗੇ, ਤੁਹਾਡੇ ਵਰਕਰਾਂ ਦੀ ਆਸ਼ੀਰਵਾਦ ਨਾਲ ਆਹ ਜੰਗ ਆਪਾਂ ਜਿੱਤਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।